ਆਪਾਂ ਪਹਿਲਾਂ ਪਾਵਰ ਦੱਬਣੀ ਹੈਗੀ ਸਰ। ਠੀਕ ਹੈ, ਇਹ ਆਪਣੇ ਸਰਕਲ ਆ ਨੋਰਮਲ ਹੈਗਾ ਮਿਕਸ ਕੱਪੜੇ ਧੋਣ ਲਈ। ਠੀਕ ਹੈ ਜੀ, ਇਹਦੇ ਤੋਂ ਇਹ ਚੇਂਜ ਹੋਣਾ ਸਰਕਲ ਤੋਂ, ਸੁਪਰ ਕਲੀਨ ਵਾਈਟ ਕੱਪੜੇ ਹੋਗਾ। ਠੀਕ ਹੈ ਜੀ, ਕੁਇਕ ਵਾਸ਼ 'ਚ ਸਮੈਲ ਵਾਲੇ ਹੈਗੇ, ਜਿੱਦਾਂ ਸਵੇਰੇ ਆਪਾਂ ਪਾਏ ਸ਼ਾਮਾਂ ਨੂੰ ਲਾਤੇ ਕੱਲੇ ਸਮੈਲ ਹੀ ਆਉਂਦੀ ਆ, ਜਲਦੀ ਧੋਣੇ ਆ ਘੱਟ ਗੰਦੇ। ਡੈਲੀਗੇਟ ਹੋ ਗਏ ਆਪਣੇ ਮਹਿੰਗੇ ਜਿੱਦਾਂ ਸਟੋਨਾਂ ਵਾਲੇ ਹੁੰਦੇ ਆ, ਐਕੂਆ ਪਰਜਰ ਦੇ ਵਿੱਚ ਇਹਦੇ ਵਿੱਚ ਸਪਿਨਿੰਗ ਨਹੀਂ ਹੁੰਦੀ, ਯਾਨੀ ਕਿ ਆਪਾਂ ਜਿੱਦਾਂ ਜ਼ਿਆਦਾ ਕੱਪੜੇ ਹੈਗੇ ਉਹੀ ਸਰਫ ਆਪਾਂ ਫੇਰ ਵਰਤਣੀ ਹੈਗੀ, ਇਹ ਫੰਕਸ਼ਨ ਲਗਾ ਲੈਣਾ ਆ ਦੋ ਤਿੰਨ ਵਾਰ, ਯਾਨੀ ਕਿ ਧੋ ਹੋ ਜਾਣੀ ਹੋਈ ਸਰਫ, ਠੀਕ ਹੈ, ਪਾਣੀ ਨਹੀਂ ਨਿਕਲਣਾ। ਜਿੰਨਾ ਜ਼ਿਆਦਾ ਹੈਗੀਆਂ ਬੱਕਰੀਆਂ ਧੋਣੀਆਂ। ਲਾਈਟ ਕੱਪੜੇ ਹੈਗੇ ਜਿੱਦਾਂ ਕੁੜਤੇ ਪਜਾਮੇ ਆ, ਰੁਮਾਲ ਜ਼ਿਆਦਾ ਹੈਗੇ ਆ ਜਿੱਦਾਂ, ਉਹ ਇਹਦੇ ਵਿੱਚ ਧੋਣੇ ਐਨਰਜੀ ਸੇਵਿੰਗ ਜੇ। ਇਕੱਲੇ ਯਾਨੀ ਕਿ ਝੱਲਣੇ ਦਾ ਸੁਕਾਉਣੇ ਆ ਉਹਦਾ ਵੱਖਰਾ ਫੰਕਸ਼ਨ ਹੈਗਾ। ਇਹ ਹੈਗਾ ਟੱਬ ਕਲੀਨ ਦਾ, ਆਟੋਮੈਟਿਕ ਟੱਬ ਕਲੀਨ, ਇਹਨੂੰ 5-6 ਮਹੀਨੇ ਬਾਅਦ, ਵੈਸੇ ਤਾਂ ਟੱਬ ਇੰਨੀ ਛੇਤੀ ਗੰਦੇ ਹੁੰਦੇ ਨੀ, ਜੇ ਆਪਾਂ ਨੂੰ ਲੱਗਦਾ ਟੱਬ ਗੰਦਾ ਹੈਗਾ ਇਹ ਫੰਕਸ਼ਨ ਲਗਾ ਦੇਣਾ ਹੈਗਾ। ਠੀਕ ਹੈ ਜੀ, ਵੈਸੇ ਆਪਾਂ ਨੋਰਮਲ ਮਿਕਸ ਕੱਪੜੇ ਹੁੰਦੇ ਡੇਲੀ, ਉਹ ਇੱਚੇ ਹੀ ਧੋਣੇ ਹੈਗੇ, ਉਹ ਤੋਂ ਬਾਅਦ ਸਟਾਰਟ ਦੇ ਦੇਣਾ ਆਪਾਂ। ਠੀਕ ਹੈ, ਹਾਂਜੀ, ਬਾਕੀ ਇੱਧਰ ਵਾਲੇ ਇਹ ਹੈਗੀ ਟਾਈਮਿੰਗ, ਜੇ ਆਪਾਂ ਨੂੰ ਲੱਗਦਾ ਆ ਯਾਨੀ ਕਿ ਨੋਰਮਲ 'ਚ ਵੀ ਆਪਣੇ ਕੱਪੜੇ ਗੰਦੇ ਹੈਗੇ ਆ, ਉਹ ਆਪਾਂ ਇਹ ਤੋਂ ਟਾਈਮ ਵੱਧ ਘੱਟ ਕਰ ਸਕਦੇ। ਇਹ ਹੈਗਾ ਟਾਈਮ ਵਾਸ਼ ਟਾਈਮ ਧੋਣ ਵਾਲਾ। ਜੇ ਆਪਣੇ ਕੱਪੜੇ ਯਾਨੀ ਕਿ ਧੋ ਹੋ ਗਿਆ ਦਾਗ, ਜਿੱਦਾਂ ਵਾਈਟ ਕੱਪੜੇ ਦੇ ਦਾਗ ਜੇ ਰਹਿ ਜਾਂਦੇ ਆ, ਉਹ ਆਪਾਂ ਇਹਨੂੰ ਵਧਾ ਲੈਣਾ ਰਿੰਸ ਨੂੰ, 2 ਵਾਰੀ ਰਿੰਸ ਹੋਊਗੀ। ਠੀਕ ਹੈ ਜੀ, ਇੱਦਾਂ ਹੀ ਸਪਿਨਿੰਗ ਦੀ ਆ, ਜਿੱਦਾਂ ਗਰਮੀਆਂ ਵਾਲੇ ਕੱਪੜੇ ਤਾਂ ਝੱਟ ਹੀ ਸੁੱਕ ਜਾਂਦੇ ਆ, ਉਹ ਲਈ ਆਪਾਂ ਟਾਈਮ ਘਟਾ ਸਕਦੇ ਹਾਂ, ਸਰਦੀਆਂ ਵਾਲੇ ਲਈ ਵਧਾ ਸਕਦੇ ਹਾਂ। ਅੱਛਾ, ਉਹ ਟਾਈਮ ਇੱਥੇ ਜੁੜੀ ਜਾਣਾ ਆ, ਐਡ ਹੋਈ ਜਾਣਾ, ਯਾਨੀ ਕਿ ਟਾਈਮਿੰਗ ਦੀ ਵੀ ਉਹਨਾਂ ਨੇ ਹੁਣ ਵੱਖਰੇ ਕੱਢਤੀ, ਇਹ ਨਵੀਂ ਮਸ਼ੀਨ ਆਈ ਆ ਹੁਣ। ਠੀਕ ਹੈ, ਹਾਂਜੀ, ਆਪਾਂ ਵੱਧ ਘੱਟ ਟਾਈਮ ਕਰ ਸਕਦੇ ਕੱਪੜੇ ਦੇ ਮੁਤਾਬਿਕ। ਠੀਕ ਹੈ, ਜੇ ਆਪਾਂ ਇਕੱਲੀ ਇਕੱਲੀ ਚੀਜ਼ ਕਰਨੀ ਹੈਗੀ ਆ, ਉਹ ਇਹ ਹੈਗੀ ਰਿੰਸ ਸਪਿਨ। ਜੇ ਆਪਾਂ ਯਾਨੀ ਕਿ ਨਹੀਂ ਕਰ, ਇੱਧਰੋਂ ਇਕੱਲੀ ਕਰਨੀ ਆ, ਇਹਨੂੰ ਬੰਦ ਵੀ ਕਰ ਸਕਦੇ। ਠੀਕ ਹੈ, ਠੀਕ ਹੈ ਜੀ, ਹੋਰ ਕੁਛ ਪੁੱਛਣਾ? ਇਹਦੇ ਵਿੱਚ ਇੱਕ ਫਿਲਟਰ ਆ, ਮੈਜਿਕ ਫਿਲਟਰ, ਇਹ ਵਾਲਾ, ਇਹ ਹਰੇਕ ਵਾਸ਼ ਤੋਂ ਬਾਅਦ ਸਾਫ਼ ਕਰਨਾ ਹੁੰਦਾ, ਇਹਦੇ ਵਿੱਚ ਕਚਰਾ ਆ ਜਾਂਦਾ, ਇੱਥੇ ਕਚਰਾ ਆ ਜਾਣਾ, ਇਹਨੂੰ ਸਾਫ਼। ਠੀਕ ਹੈ, ਇਹਦੇ ਪਹਿਲਾਂ ਨੀਚੇ ਵਾਲੀ ਸਾਈਡ ਲਗਾ ਲੈਣੀ ਆ। ਠੀਕ ਹੈ, ਮੁੜ ਕੇ ਲੋਕ ਕਰ ਬਸ। ਠੀਕ ਹੈ ਜੀ, ਥੈਂਕ ਯੂ।